ਕੱਢੀਏ ਮਾਂ ਦੀ ਗਾਲ ਕਦੇ ਨਾ ਧੀ ਨੂੰ ਮਾੜਾ ਬੋਲੀ ਦਾ ਬੱਚੇ ਧੀ ਬੱਚੇ ਫੁੱਲਾਂ ਵਰਗੇ ਹੁੰਦੇ ਨੇ ਨਹੀਂ ਖਾਦ ਨਸ਼ੇ ਦੀ ਪਾਈ ਦੀ ਸਾਰੇ ਖਾਨਦਾਨ ਦਾ ਨਾਂ ਚਮਕੇ ਧੀ ਵੱਧ ਤੋਂ ਵੱਧ ਪੜਾਈ ਦੀ ਧੀ ਪੁੱਤ ਵਿੱਚ ਫਰਕ ਨਹੀਂ ਰੱਖੀਦਾ ਡੱਬਾ ਚੂਰੀ ਦਾ ਜਦ ਖੋਲੀ ਦਾ ਨਾ ਕੱਢੀਏ ਮਾਂ ਦੀ ਗਾਲ ਕਦੇ ਨਾ ਧੀ ਨੂੰ ਮਾੜਾ ਬੋਲੀ ਖਾਂ ਦਾ ਕੈਂਪ 5 ਜਨਵਰੀ ਨੂੰ ਲੱਗਣਾ ਤੇ 6 ਜਨਵਰੀ ਨੂੰ ਘੋੜਕਾ ਵਿੱਚ ਅੱਖਾਂ ਦਾ ਵਿਸ਼ਾਲ ਕੈਂਪ ਲੱਗੂਗਾ 8 ਤਰੀਕ ਨੂੰ ਇੱਥੇ ਖੁੰਦਾਂ ਦਾ ਕੈਂਪ ਲੱਗਿਆ ਲਾਇਆ ਜਾਊਗਾ ਇਹ 9 ਤਰੀਕ ਨੂੰ ਫਿਰ ਬੱਚੀਆਂ ਦੇ ਜਿਹੜੇ 1 ਸਾਲ ਦਾ ਨਾਂ ਦਿਖਾਰਜ ਕੀਤੇ ਜਾਂਦੇ ਆ ਜੀ ਤੇ 11 ਤਰੀਕ ਨੂੰ ਨਵ ਜੰਮੀਆਂ ਬੱਚੀਆਂ ਦੀ ਲੋੜੀ ਇਹ ਕਹਿਣ ਲੱਗਾ ਮੈਂ ਬਹੁਤ ਮਾਣ ਮਹਿਸੂਸ ਕਰਦਾ ਵਲਡਵਾਈਡ ਸਕੋਪ ਵੈਲਫੇਅਰ ਸੁਸਾਇਟੀ ਯੂਕੇ ਦੇ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜ਼ਿਲ੍ਹਾ ਜਲੰਧਰ ਅਤੇ ਵਿਧਾਨ ਸਭਾ ਹਲਕਾ ਫਲੋਰ ਦੇ ਪਿੰਡ ਕੁੜਕਾ ਦੇ ਪਿੰਦੂ ਚੋਲ ਫਾਰਮ ਦੇ ਵਿੱਚ ਇਸ ਵਾਰ ਵੀ ਵਿਸ਼ਾਲ ਸਮਾਗਮ ਕੀਤਾ ਜਾਣਾ ਜਨਵਰੀ ਦੇ ਵਿੱਚ ਉਹਦੀਆਂ ਤਿਆਰੀਆਂ ਬਿਲਕੁਲ ਰੰਗੀਆਂ ਜਾ ਰਹੀਆਂ ਤੇ ਅੱਜ ਵਿਸ਼ਾਲ ਇੱਕ ਮੀਟਿੰਗ ਵੀ ਕੀਤੀ ਗਈ ਸੀ ਤੇ ਇਹ ਪ੍ਰੋਗਰਾਮ ਦਾ ਵਿਰਵਾ ਦੇਣ ਕੇ ਮੇਰੇ ਨਾਲ ਨੇ ਇਹ ਪ੍ਰਸਿੱਧ ਕਲਾਕਾਰ ਮਨਮੋਨ ਵਾਰਸ ਜੀ ਸਭ ਤੋਂ ਪਹਿਲਾਂ ਸਵਾਗਤ ਹੈ ਜੀ ਤੁਹਾਡਾ ਸ਼ੁਕਰੀਆ ਜੀ ਬਹੁਤ-ਬਹੁਤ ਮਿਹਰਬਾਨੀ ਤੁਹਾਡੀ ਇਹ ਅਸੀਂ ਜੋਲ ਫਾਰਮ ਘੁੜਕਾ ਇਸ ਵੇਲੇ ਤੁਸੀਂ ਤਾਂ ਪੂਰਾ ਐਡਰੈਸੇ ਦੱਸ ਦਿੱਤਾ ਜੀ ਜੀ ਗਰਾਿਆਂ ਤੋਂ 3-4 ਕਿਲੋਮੀਟਰ ਦੇ ਵਕਫੇ ਤੇ ਹਰ ਇੱਕ ਸਾਲ ਇੱਥੇ ਸਮਾਜ ਸੇਵੀ ਕੰਮ ਜਿਹੜੇ ਆ ਵਰਲਡਵਾਈਡਸ ਕੋ ਵੈਲਫੇਅਰ ਸੁਸਾਇਟੀ ਯੂਕੇ ਵੱਲੋਂ ਕੀਤੇ ਜਾਂਦੇ ਆ ਸੋ ਉਹਦੀ ਸ਼ੁਰੂਆਤ 5 ਜਨਵਰੀ ਨੂੰ ਕੀਤੀ ਜਾਊਗੀ ਤੇ 5 ਜਨਵਰੀ ਨੂੰ ਜਿਹੜੇ ਇਹ ਸੰਸਥਾ ਆ ਇਹਦੇ ਦੂਜੇ ਜਿਹੜੇ ਸਾਥੀ ਆ ਜਿਹੜੇ ਚੌਲ ਸਾਹਿਬ ਦੇ ਨਾਲ ਉਹਨਾਂ ਦਾ ਪਿੰਡ ਪਾਣੋ ਕੀ ਆ ਸਤਨਾਮ ਸਿੰਘ ਬਾੜਾ ਜੀ ਸੋ ਉੱਥੋਂ ਸ਼ੁਰੂਆਤ ਕਰਨੀ ਆ ਜੀ ਉੱਥੇ ਅੱਖਾਂ ਦਾ ਕੈਂਪ 5 ਜਨਵਰੀ ਨੂੰ ਲੱਗਣਾ ਤੇ 6 ਜਨਵਰੀ ਨੂੰ ਘੋੜਕਾ ਵਿੱਚ ਅੱਖਾਂ ਦਾ ਵਿਸ਼ਾਲ ਕੈਂਪ ਲੱਗੂਗਾ ਸੋ ਜਿਹੜੇ ਲੋੜਵੰਦ ਸੱਜਣ ਆ ਉਹ ਆ ਕੇ ਫਾਇਦਾ ਲੈ ਸਕਦੇ ਆ ਇਸ ਚੀਜ਼ ਦਾ ਤੇ ਉਹ ਤੋਂ ਬਾਅਦ ਫਿਰ 7 ਤਰੀਕ ਨੂੰ ਅਖੰਡ ਪਾਠ ਸਾਹਿਬ ਦੇ ਭੋਗ ਉਹਨਾਂ ਪ੍ਰਾਰambh ਕੀਤਾ ਜਾਊਗਾ ਸ਼੍ਰੀ ਖੰਡ ਪਾਠ ਸਾਹਿਬ ਤੇ ਉਹ ਤੋਂ ਅਗਲੇ ਦਿਨ 8 ਤਰੀਕ ਨੂੰ ਇੱਥੇ ਖੂਨ ਦਾਨ ਦਾ ਕੈਂਪ ਲਗਾਇਆ ਜਾਊਗਾ ਜੀ ਤੇ 9 ਤਰੀਕ ਨੂੰ ਫਿਰ ਬੱਚੀਆਂ ਦੇ ਜਿਹੜੇ ਹਰੇਕ ਸਾਲ ਨਾਨਦਿਕਾ ਜੀ ਕੀਤੇ ਜਾਂਦੇ ਆ ਜੀ ਤੇ 11 ਤਰੀਕ ਨੂੰ ਨਵਜੰਮੀਆਂ ਬੱਚੀਆਂ ਦੀ ਲੋੜੀ ਇਹ ਕਹਿਣ ਲੱਗਾ ਮੈਂ ਬਹੁਤ ਮਾਣ ਮਹਿਸੂਸ ਕਰਦਾ ਕਿਉਂਕਿ ਸਾਡੀ ਗਾਇਕੀ ਵਿੱਚ ਤਿੰਨਾ ਭਰਾਵਾਂ ਦੀ ਵਿੱਚ ਔਰਤ ਨੂੰ ਕਦੇ ਵੀ ਕੋਈ ਘਟਿਆ ਸ਼ਬਦਾਵਲੀ ਨਹੀਂ ਵਰਤੀ ਗਈ ਤੇ ਉਹਨੂੰ ਪੂਰਾ ਮਾਣ ਸਤਿਕਾਰ ਤੇ ਘਰ ਤੋਂ ਪਿਆਰ ਸ਼ੁਰੂ ਹੁੰਦਾ ਜੀ ਪਹਿਲਾਂ ਆਪਣੇ ਮਾਂ ਨੂੰ ਤੁਸੀਂ ਸਤਿਕਾਰ ਦੇਵੋਗੇ ਫਿਰ ਆਪਣੀ ਘਰਵਾਲੀ ਨੂੰ ਦੇਵੋਗੇ ਫਿਰ ਆਪਣੀ ਬੇਟੀ ਨੂੰ ਭੈਣ ਨੂੰ ਤੇ ਫਿਰ ਤੁਸੀਂ ਸਮਾਜ ਵਿੱਚ ਉਹ ਹੋਕਾ ਦੇ ਸਕਦੇ ਆ ਸੋ ਉਹ ਜਿਹੜਾ ਬੱਚੀਆਂ ਦੀ ਲੋੜੀ ਜਿਹੜੀ ਆ ਉਹ ਇੱਕ ਬਹੁਤ ਵੱਡੇ ਲੈਵਲ ਤੇ ਐਤਕੀ ਫਿਰ 11 ਜਨਵਰੀ ਨੂੰ ਇਸ ਜਗ੍ਹਾ ਤੇ ਕੀਤੀ ਜਾਊਗੀ ਜੀ 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 ਤੇ ਇਸ ਸਾਰੇ ਪ੍ਰੋਗਰਾਮ ਦਾ ਮਕਸਦ ਕੀ ਹੈ ਇਸ ਵਰਲਡ ਵਾਈਡ ਸਕੋ ਬੈਲਫੇਅਰ ਸੁਸਾਇਟੀ ਜੁਕੇ ਦੇ ਵੱਲੋਂ ਕੀ ਸਮਾਜ ਨੂੰ ਸਹੈਦਣਾ ਚਾਹੁੰਦੇ ਨੇ ਹਾਂਜੀ ਸਮਾਜ ਨੂੰ ਪਹਿਲਾਂ ਤਾਂ ਜਿਹੜੇ ਅੱਖਾਂ ਦੇ ਕੈਂਪ ਲੱਗਣੇ ਆ ਜੀ ਤੇ ਖੂਨਦਾਨ ਕੈਂਪ ਲੱਗਣਾ ਉਹ ਤਾਂ ਇੱਕ ਸਮਾਜ ਸੇਵੀ ਸਮਾਜ ਦੀ ਸੇਵਾ ਹੀ ਆ ਜੀ ਕਿ ਜਿੰਨੀ ਵੀ ਕਰ ਸਕੇ ਜਿਹੜਾ ਲੋੜਵੰਦ ਬੰਦਾ ਹੋਵੇ ਜਾਂ ਬੱਚੀਆਂ ਦੇ ਵਿਆਹ ਆ ਉਹ ਵੀ ਲੋੜਵੰਦ ਸਜਣਾ ਦੀ ਸਹਾਇਤਾ ਲਈ ਕੀਤੇ ਜਾਂਦੇ ਆ ਤੇ ਜਿਹੜਾ ਧੀਆਂ ਦੀ ਲੋੜੀ ਆ ਉਹ ਤਾਂ ਸਮਾਜ ਵਿੱਚ ਬਰਾਬਰੀ ਤਾਂ ਲਿਆਉਣ ਲਈ ਖਾਸ ਤੌਰ ਤੇ ਕੀਤਾ ਜਾ ਰਿਹਾ ਤੁਸੀਂ ਹਰ ਸਾਲ ਸ਼ਾਮਲ ਹੁੰਦੇ ਆ ਇਸ ਫੰਕਸ਼ਨ ਦੇ ਵਿੱਚ ਜਿਹੜੇ ਬੱਚੀਆਂ ਦੇ ਮਾਪੇ ਹੁੰਦੇ ਆ ਖਾਸ ਤੌਰ ਤੇ ਮਾਵਾਂ ਹੁੰਨੀਆਂ ਉਹਨਾਂ ਦੇ ਚਿਹਰੇ ਤੇ ਤੁਸੀਂ ਇੱਕ ਖੁਸ਼ੀ ਜਿਹੜੀ ਦੇਖਦੇ ਆ ਜਦੋਂ ਉਹਨਾਂ ਦੀ ਬੱਚੀਆਂ ਦੀ ਲੋੜੀ ਨੱਚ ਗਾ ਕੇ ਸਾਰੀਆਂ ਰਸਮਾਂ ਰੀਤਾਂ ਰਵਾਜਾਂ ਨਾਲ ਪਾਈ ਜਾਂਦੀ ਆ ਤੇ ਉਹ ਮਾਣ ਮਹਿਸੂਸ ਕਰਦੇ ਆ ਕਿ ਹਾਂ ਜਿਹੜਾ ਸਮਾਜ ਬਦਲ ਰਿਹਾ ਸੋ ਇਹ ਸਨੇਹਾ ਦੇਣਾ ਚਾਹੁੰਦੇ ਆ ਅਸੀਂ ਕਿ ਲੋਹੜੀ ਪਹਿਲਾਂ ਪੁੱਤਾਂ ਦੀ ਪਾਈ ਜਾਂਦੀ ਸੀ ਜੀ ਤੇ ਚੰਨ ਚੜਿਆ ਬਾਪ ਦੇ ਵੇੜੇ ਵੀਰ ਘਰ ਪੁੱਤ ਜੰਮਿਆਂ ਇਹੀ ਗੋਂਦੇ ਆਏ ਆ ਜੀ ਅਸੀਂ ਤੇ ਪਰ ਉਸ ਚੀਜ਼ ਨੂੰ ਬਦਲਣਾ ਚਾਹੁੰਦੇ ਆ ਕਿ ਬੱਚਿਆਂ ਦੀ ਲੋਹੜੀ ਪਾਈ ਜਾਵੇ ਤੇ ਉਹ ਕਈ ਵਾਰੀ ਕਿਹਾ ਜਾਂਦਾ ਕਿ ਧੀਆਂ ਦੀ ਲੋਹੜੀ ਨਾ ਪਾਓ ਬੱਚਿਆਂ ਦੀ ਲੋਹੜੀ ਪਾਓ ਮੇਰੇ ਵੈਸੇ ਮਨ 'ਚ ਆ ਗਿਆ ਪਰ ਉਹ ਇਸ ਕਰਕੇ ਆ ਕਿ ਮੁੰਡਿਆਂ ਦੀ ਲੋੜੀ ਤਾਂ ਹਰੇਕ ਹੀ ਪਾਉਂਦਾ ਉਹ ਤਾਂ ਕੋਈ ਹਾਈ ਨਹੀਂ ਸੋ ਉਸ ਚੀਜ਼ ਨੂੰ ਹਾਈਲਾਈਟ ਕਰਨ ਲਈ ਕੱਲੇ ਧੀਆਂ ਦੀ ਲੋੜੀ ਕੀਤੀ ਜਾਂਦੀ ਹੈ ਜਿਵੇਂ ਇਹ ਬੱਚਿਆਂ ਦੀ ਜਾਂ ਲੜਕੀਆਂ ਦੀ ਲੋੜੀ ਦੇ ਗੀਤ ਤੁਸੀਂ ਗਾਉਂਦੇ ਹੁੰਦੇ ਸੀ ਕਿ ਧੀਆਂ ਦੀ ਲੋੜੀ ਦੇ ਸਬੰਧਤ ਵਿੱਚ ਵੀ ਕੋਈ ਤੁਹਾਡੇ ਬੋਲ ਨੇ ਕਿਉਂਕਿ ਦਰਸ਼ਕ ਜਿਹੜੇ ਨੇ ਉਹ ਸੁਣਨਾ ਚਾਹੁੰਦੇ ਹੋਣਗੇ ਕੋਈ ਨਾ ਕੋਈ ਦੋ ਬੋਲ ਤੁਹਾਡੇ ਜ਼ੁਬਾਨ ਤੋਂ ਹਾਂਜੀ ਨਾ ਕੱਢੀਏ ਮਾਂ ਦੀ ਗਾਲ ਕਦੇ ਨਾ ਧੀ ਨੂੰ ਮਾੜਾ ਬੋਲੀ ਦਾ ਬੱਚੇ ਧੀ ਬੱਚੇ ਫੁੱਲਾਂ ਵਰਗੇ ਹੁੰਦੇ ਨੇ ਨਹੀਂ ਖਾਦ ਨਸ਼ੇ ਦੀ ਪਾਈ ਦੀ ਸਾਰੇ ਖਾਨਦਾਨ ਦਾ ਨਾਂ ਚਮਕੇ ਧੀ ਵੱਧ ਤੋਂ ਵੱਧ ਪੜ੍ਹਾਈ ਦੀ ਧੀ ਪੁੱਤ ਵਿੱਚ ਫਰਕ ਨਹੀਂ ਰੱਖੀਦਾ ਡੱਬਾ ਚੂਰੀ ਦਾ ਜਦ ਖੋਲੀ ਦਾ ਨਾ ਕੱਢੀਏ ਮਾਂ ਦੀ ਗਾਲ ਕਦੇ ਨਾ ਧੀ ਨੂੰ ਮਾੜਾ ਬੋਲੀਦਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜੀ ਬਹੁਤ ਧੰਨਵਾਦ ਉਹ ਤਾਂ ਬਾਜੀ ਮਨਮੋਨ ਵਾਰਸੀ ਜੀ ਜਿਨ੍ਹਾਂ ਨੇ ਡਿਟੇਲ ਦੇ ਵਿੱਚ ਦੱਸਿਆ ਕਿ ਜਿਹੜਾ ਜਨਵਰੀ ਦੇ ਪਹਿਲੇ ਹਫਤੇ ਦੇ ਵਿੱਚ ਪ੍ਰੋਗਰਾਮ ਕੀਤਾ ਜਾਣਾ ਉਹ ਇੱਕ ਵਿਸ਼ਾਲ ਪ੍ਰੋਗਰਾਮ ਹੁੰਦਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਧੂਮ ਧਾਮ ਦੇ ਨਾਲ ਹੁੰਦਾ ਤੇ ਬਹੁਤ ਵੱਡੇ ਦਾਨ ਕੀਤੇ ਜਾਂਦੇ ਨੇ ਖਾਸ ਕਰਕੇ ਧੀਆਂ ਦੀ ਲੋੜੀ ਦਾ ਪ੍ਰੋਗਰਾਮ ਬੜਾ ਵੱਡਾ ਪ੍ਰੋਗਰਾਮ ਹੁੰਦਾ ਜਿੱਥੇ ਸੈਂਕੜੇ ਹਜ਼ਾਰਾਂ ਧੀਆਂ ਦੀ ਲੋਹੜੀ ਪਾਈ ਜਾਂਦੀ ਹੈ ਉਹਦੇ ਨਾਲ ਅੱਜ ਸਮਾਜ ਦੇ ਵਿੱਚ ਬਦਲਾਅ ਵੀ ਆਇਆ ਲੋਕ ਆਪਣੀ ਧੀ ਨੂੰ ਪੁੱਤਰ ਵਾਂਗ ਪਿਆਰ ਵੀ ਕਰਨ ਲੱਗੇ ਨੇ ਜਿੱਥੇ ਧੀਆਂ ਦੀ ਗਿਣਤੀ ਬਹੁਤ ਘਟ ਚੁੱਕੀ ਸੀ ਅੱਜ ਬਰਾਬਰ ਵੀ ਹੁੰਦੀ ਦਿਖਾਈ ਦੇ ਰਹੀ ਆ ਤੇ ਆਸ ਕਰਦੇ ਹਾਂ ਕਿ ਇਹ ਪ੍ਰੋਗਰਾਮ ਸਫਲ ਹੋਗਾ ਬਹੁਤ ਬਹੁਤ ਧੰਨਵਾਦ ਜੀ ਹਰ ਤਰ੍ਹਾਂ ਦੀ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਸਬਸਕ੍ਰਾਈਬ ਕਰੋ ਚੈਨਲ ਕਾਂਸ਼ੀ ਟੀਵੀ ਹਰ ਅਪਡੇਟ ਦਾ ਸੰਕੇਤ ਮਿਲਦਾ ਰਹੇ ਦਬਾਓ ਬੈਲ ਆਈਕਨ ਅਤੇ ਲਾਈਕ ਕਰੋ ਫੇਸਬੁੱਕ ਪੇਜ ਕਾਂਸ਼ੀ ਟੀਵੀ